ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਤ ਅਤੇ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਇਸ ਉੱਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 21 ਜੁਲਾਈ ਦਿਨ ਹੈਗਾ ਜੀ, ਬੁੱਧਵਾਰ, ਅਤੇ ਜੁੜ ਚੁੱਕੇ ਨੇ ਆਪਣੇ ਨਾਲ ਮਿੰਟੂ ਗੁਰੂ ਸਰੀਆ ਜੀ। ਮਿੰਟੂ ਜੀ, ਜੀ ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਅਤੇ ਨਜ਼ਰ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 468-272-2580-8272-2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਜ਼ਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀ ਐਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 5098-374-7541 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਸਿੱਧੂ ਨੇ ਕਹਿੰਦੇ ਭਾਰੀ ਜਿਹੜੇ ਸਿਆਸੀ ਦਲ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਹਾਂਜੀ ਹਾਂਜੀ, ਨਤਮਸਤਕ ਹੋਏ ਆ ਤੇ ਅੱਜ ਸਵੇਰ ਤੋਂ ਹੀ ਉੱਧਰ ਨੂੰ ਨਜ਼ਰਾਂ ਸੀ ਸਾਰਿਆਂ ਦੀਆਂ। ਵੈਸੇ ਕਹਿੰਦੇ ਆ ਉਹਦਾ ਨਾ ਢਲ ਵੀ ਲੋਕੀ ਦੇਖਦੇ ਆ ਕਿ ਕਿੱਧਰ ਨੂੰ ਪਰਛਾਵਾਂ ਢਲਦਾ, ਫਿਰ ਉੱਧਰ ਨੂੰ ਹੋਏ ਚਲੇ ਜਾਂਦੇ ਆ। ਹੁਣ ਜਿੱਦਾਂ ਹੀ ਪੱਲਾ ਜਿਹੜਾ ਆ ਉਹ ਸਿੱਧੂ ਵਾਲੇ ਪਾਸੇ ਝੁਕਿਆ ਤੇ ਦੱਸਦੇ ਕੁਛ ਵਿਧਾਇਕ ਰਾਤ ਹੀ ਚਲੇ ਗਏ ਉਹਦੇ ਘਰੇ, ਮਤਲਬ ਕਿ ਸਵੇਰੇ ਸਾਰਾ ਕੁਛ ਕਰਨਾ ਸੀਗਾ, ਰਾਤ ਹੀ ਚਲੇ ਗਏ। ਕਹਿੰਦੇ ਐਵੇਂ ਸਵੇਰੇ ਕਿੱਧਰ ਆਵਾਂਗੇ, ਰਾਤ ਹੀ ਰਹਿੰਦੇ ਜਾ ਕੇ ਸਿੱਧੂ ਸਾਹਿਬ ਕੋਲ ਪ੍ਰਧਾਨ ਨੇ। ਤੇ ਅੱਛਾ, ਸਵੇਰੇ ਦੱਸਦੇ ਦਾਅਵਾ ਕੀਤਾ ਜਾ ਰਿਹਾ ਕਿ 60 ਤੋਂ 62 ਵਿਧਾਇਕ ਜਿਹੜੇ ਪਹੁੰਚ ਗਏ ਸੀਗੇ ਜੀ। ਵਿਧਾਇਕ ਤੇ ਮੈਨੂੰ ਲੱਗਦਾ ਕੁਛ ਡਾਢੇ ਹੀ ਜ਼ਿਆਦਾ ਕੁਛ ਨੇ। ਇੱਕ ਦੀ ਵੀਡੀਓ ਵਾਇਰਲ ਹੋਈ ਜਾਂਦੀ ਹੈ ਦਰਸ਼ਨ ਬਰਾੜ ਦੀ, ਉਹ ਕਹਿੰਦਾ ਬਾਬੇ ਨਾਨਕ ਨੇ ਸੁਣ ਲਈ ਅਸੀਂ ਤੇ ਮਾਰੇ ਜਾਣਾ, ਅਸੀਂ ਹੁਣ ਪਿੰਡਾਂ 'ਚ ਵੜ ਜਾਂਗੇ, ਕੋਈ 4 ਮੁੰਡੇ ਇਕੱਠੇ ਹੋ ਜਾਣਗੇ, ਨਹੀਂ ਤੇ ਸਾਡੇ ਨਾਲ ਤਾਂ ਬੁਰੀ ਹੋਣੀ ਸੀ। ਮਤਲਬ ਪਹਿਲਾਂ ਹੀ ਅੰਦਾਜ਼ਾ ਲਾਈ ਬੈਠੇ ਸੀਗੇ ਕਿ ਸਿੱਧੂ ਦੇ ਬਹਾਨੇ ਪਿੰਡਾਂ 'ਚ ਵੜ ਹੋ ਜੂ, ਨਹੀਂ ਤੇ ਨਤੀਜੇ ਬੁਰੇ ਹੀ ਨੇ, ਸੁੱਖ ਨਹੀਂ ਜਾਪਦੀ। ਵੀਡੀਓ ਵਾਇਰਲ ਹੋ ਰਹੀ ਆ, ਲੋਕ ਬਹੁਤ ਚਟਕਾਰੇ ਲੈ ਰਹੇ ਆ। ਕਹਿੰਦੇ ਕਿ ਧੰਨਵਾਦ ਸਿੱਧੂ ਦਾ ਨਾ ਕਰੋ, ਪ੍ਰਸ਼ਾਂਤ ਕਿਸ਼ੋਰ ਦਾ ਕਰੋ, ਜਿਹਨੇ ਤੁਹਾਨੂੰ ਇੰਨੇ ਜੂਗਰਾ ਕਰ ਦਿੱਤਾ। ਪਿੱਛੋਂ ਤੁਹਾਨੂੰ ਪਤਾ ਹੀ ਆ ਨਾ, ਡਾਇਰੈਕਸ਼ਨ ਬੜੀ ਜ਼ਬਰਦਸਤ ਚੀਜ਼ ਹੁੰਦੀ ਆ ਜੀ। ਫਿਲਮ ਤੇ ਆਪਾਂ ਦੇਖਦੇ ਹਾਂ ਕਰੈਕਟਰ ਪਲੇ ਐਕਟਰ ਕਰਦੇ ਆ, ਡਾਇਰੈਕਟਰ ਤੇ ਪਿੱਛੇ ਹੁੰਦਾ ਨਾ, ਪਰਦੇ ਦੇ ਪਿੱਛੇ ਜਿਹਨ ਸਾਰਾ ਕੁਛ ਕਰਾਇਆ ਹੁੰਦਾ। ਸੋ ਲੋਕ ਕਹਿੰਦੇ ਪਏ ਆ ਕਿ PK ਦਾ ਧੰਨਵਾਦ ਕਰੋ। ਇਹ ਦਰਅਸਲ ਸਾਰੀ ਰਣਨੀਤੀ ਜਿਹੜੀ ਆ ਉਹ 10 ਚੰਨ ਪੱਥ ਤੋਂ ਹੀ ਨਿਕਲੀ ਹੈ। ਖੈਰ, ਸਿਆਸਤ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਿਕਲਦੀਆਂ ਰਹਿੰਦੀਆਂ, ਨਵੀਆਂ ਜੋੜੀਆਂ ਬਣਦੀਆਂ ਰਹਿੰਦੀਆਂ, ਨਵੀਆਂ ਉਮੀਦਾਂ ਬਣਦੀਆਂ ਰਹਿੰਦੀਆਂ, ਨਵੀਆਂ ਕਿਤੇ ਨਾ ਕਿਤੇ ਕਹਿ ਲਓ ਕਿ ਦਾਅਵਿਆਂ ਵਾਲੀਆਂ ਗੱਲਾਂ ਕੀਤੀਆਂ ਜਾਂਦੀਆਂ। ਪਰ ਅੱਜ ਦੀ ਤਰੀਕ ਦੇ ਵਿੱਚ ਜੇ ਦੇਖੀਏ ਤਾਂ ਹਲਚਲ ਪੂਰੀ ਰਹੀ ਅੰਮ੍ਰਿਤਸਰ ਦੇ ਵਿੱਚ, ਇਹ ਬੱਸ ਭਰ ਕੇ ਉੱਥੇ ਗਏ ਨੇ, ਨਤਮਸਤਕ ਹੋਏ। ਉਸ ਤੋਂ ਬਾਅਦ ਸਿੱਧੂ ਨੇ ਇੱਕ ਟਵੀਟ ਵੀ ਕੀਤਾ ਕਿ ਨਵੀਂ ਸ਼ੁਰੂਆਤ ਆ, ਸਾਰਾ ਹੀ ਪੰਜਾਬ ਸਾਡੇ ਨਾਲ ਆ। ਮਤਲਬ ਕਿ ਜਿਸ ਸਟਾਈਲ ਨਾਲ ਭਗਵੰਤ ਮਾਨ ਪ੍ਰਚਾਰ ਕਰਦਾ ਸੀ, ਉਸੇ ਸਟਾਈਲ ਨਾਲ ਸਿੱਧੂ ਵੀ ਪ੍ਰਚਾਰ ਹੀ ਕਰਦਾ ਨਜ਼ਰ ਆ ਰਿਹਾ, ਕਦੇ ਕਿਸੇ ਸ਼ਹਿਰ, ਕਦੇ ਕਿਸੇ ਸ਼ਹਿਰ, ਕਦੇ ਕਿਸੇ ਸ਼ਹਿਰ, ਕਦੇ ਕਿਸੇ ਸ਼ਹਿਰ। ਪਰ ਇੱਕ ਗੱਲ ਤੇ ਸਾਫ਼ ਆ ਕਿ ਇਸ ਟਾਈਮ ਨਵਜੋਤ ਸਿੱਧੂ ਦੇ ਨਾਲ ਦਲ ਬਲ ਜਿਹੜਾ ਉਹ ਕਾਫੀ ਵੱਡਾ ਹੈ। ਦੂਜੀ ਚੀਜ਼ ਜਿਹੜੀ ਆ ਕਿ ਹੁਣ ਇਹਨਾਂ ਨੇ ਆਫਿਸ਼ੀਅਲੀ ਐਲਾਨ ਕਰ ਦਿੱਤਾ ਵਾ ਕਿ ਦੇਖੋ ਜੀ, ਅਸੀਂ ਪਰਸੋਂ ਸਿੱਧੂ ਨੂੰ ਅਧਿਕਾਰਤ ਤੌਰ ਤੇ ਸਾਰਾ ਕੰਮ ਹੈ ਜਿਹੜਾ ਸੰਭਾਲ ਦੇਣਾ ਹੈ। ਜਿਵੇਂ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ, ਉਹਨਾਂ ਨੇ ਕਿਹਾ ਕਿ ਮੈਂ ਕੱਲ੍ਹ ਨੂੰ ਜਾ ਰਿਹਾ ਕਪਤਾਨ ਕੋਲ ਤੇ ਕਪਤਾਨ ਨੂੰ ਕਹਿਣਾ ਆ, ਸੱਦਾ ਦੇਣਾ, ਮਤਲਬ ਕਿ ਨਿਉਂਦਾ ਦੇਣਾ ਕਿ ਆਓ ਭਾਈ ਤੁਸੀਂ ਵੀ ਆ ਜਾਓ, ਉੱਥੇ ਪ੍ਰੋਗਰਾਮ ਰੱਖਾਂਗੇ ਚੰਡੀਗੜ੍ਹ ਦੇ ਵਿੱਚ ਤੇ ਉਹ ਵੀ ਆ ਜਾਣ। ਇਸ ਤੋਂ ਪਹਿਲਾਂ ਵੀ ਵੈਸੇ ਸਿੱਧੂ ਦਾ ਕਹਿ ਲਓ ਕਿ ਇਮਤਿਹਾਨ ਇੱਕ ਹੋਣਾ, ਵੀਰਵਾਰ ਨੂੰ ਇਹਨਾਂ ਨੇ ਕਾਲ ਦਿੱਤੀ ਹੋਈ ਆ ਕੌਮੀ ਕਾਂਗਰਸ ਵਾਲਿਆਂ ਨੇ, ਜਿਹੜੀ ਇਹਨਾਂ ਦੀ ਆਲਾ ਕਮਾਨ ਆ, ਕਿ ਜੋ ਚੱਲਦਾ ਪਿਆ ਤੁਹਾਨੂੰ ਪਤਾ ਹੀ ਹੈ ਇਸ ਟਾਈਮ ਜਸੂਸੀ ਕਾਂਡ, ਕਿ ਉਹਦੀ ਵਿਰੋਧਤਾ ਦੇ ਵਿੱਚ ਸਾਰਿਆਂ ਜਾਣਿਆ ਨੇ ਤੁਸੀਂ ਪ੍ਰਦਰਸ਼ਨ ਕਰਨੇ ਆ, ਤਾਂ ਸਿੱਧੂ ਉੱਥੇ ਚੰਡੀਗੜ੍ਹ ਦੇ ਵਿੱਚ ਹੋਊਗਾ, ਉੱਥੇ ਕਿਹੋ ਜਿਹਾ ਦਲਬਲ ਹੋਊਗਾ ਇਹ ਵੀ ਨਿਗਾਹ ਰਹੇਗੀ। ਪਰ ਜਿਹੜਾ ਮਾਜ਼ਰਾ ਇਹ ਆ ਕਿ ਕੈਪਟਨ ਮਿਲੇਗਾ ਜਾਂ ਇਸ ਪ੍ਰਦਰਸ਼ਨ 'ਚ ਕੈਪਟਨ ਸ਼ਾਮਿਲ ਹੋਏਗਾ, ਉਹ ਮਾਮਲਾ ਤੇ ਹਾਲੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਸਾਊਟ ਹੋਏਗਾ। ਕਿਉਂ? ਕਿਉਂਕਿ ਕੁਛ ਜਿਹੜੇ ਵਿਧਾਇਕ ਆ, ਸਿੱਧੂ ਤਾਂ ਕੁਛ ਨਹੀਂ ਬੋਲ ਰਿਹਾ ਇਸ ਮੁੱਦੇ ਤੇ,
सॉरी कहेगा, माफी मंगेगा, अपोलोजाइज करेगा, करेगा, ऐसा कुछ नहीं कह रहा। बल्कि जिहड़े विधायक आ उह वध चढ़ के कही जांदे आ, इक ते विधायक इहो जिहा वी आ जिहड़ा पहला पटियाले तो बैठा सिद्धू की गड्डी च चंडीगढ़ उतर के मिठाई मिठी इन्हों को खाधी सू तो मुड़ के शामी कैप्टन की बैठक च चले गया, फिर सिद्धू को आ गया। कहिंदा उत्थे जाके कहिंदा मैं तो लिफ्ट लई सी सिद्धू की गड्डी च, उधर कहिंदा नहीं मैं तो लेखे ना उन्होंने घर चल गया। तो वह भी अपने मुख्यमंत्री इहो जिहा काम चलन डिया। तो विधायक आ जिहड़ा वह कहिंदा आ कि देखो माफी मंगण की कोई लोड़ नहीं, सिद्धू ने की गलती की आ। इसे तरह संगत सिंह गिल जी वह भी बोले आ, प्रगट सिंह बोले आ, बड़े विधायक अज ऑन कैमरा बोले आ, कुछ तो दुचिती ची दुविधा ची, असल भी एक कारण आ क्योंकि आला कमान ने कितों ना कितों चोभ लाई होनी है ना उतों कि भाई जाओ नवा प्रधान असा बनाया तो जे तुम उत्थे गए ना तो फिर तुहाडे नाल अहीं चाहांगे ना की करना। तो कई तो फिर इसे झाक ही चले गए, चलो नवे प्रधान को जाके कुछ ना कुछ मेवा झाड़ ला जो टिकटा टुकटा की वंड हो हूँ साफ होगा दो चार दिन के किधर किन्ने होंगे। पर एक बारी ये कहा जा सकता है कि सिद्धू के नाल अज बहु गिणती च विधायक नजर आए आ, वह भी नजर आए आ जिन्होंने सिद्धू की प्रधानगी वेले मुखालफत भी की, पर वह भी अज यू टर्न मारते नजर आए। तो साफ होंगे कि आला कमान किसी भी पॉइंट से जाके किसी भी थां से जाके झुकना नहीं चाहती कि असी फैसला ले लिया तो सिद्धू नू प्रधान वजो कबूल करना ही पेगा, कहना ही पेगा कबूल है हुण सिद्धू है जिहड़ा वो कहिंदा नवा सफर है, नवे सफर की शुरुआत है, नवी जर्नी है। चलो देखो नवा सफर है जिहड़ा वो पंजाब नू किस मुकाम ते लैके जांदा, जां फिर ये कह दे कि मैं चला बहुत पर थका नहीं, है खेद नहीं मुझे थकने का, है खेद के कुछ कर सका नहीं, ये तो नहीं होगी। या वाकई चल के कुछ हासिल करेंगे क्योंकि उन्होंने आप ही कहा कि सफर नवा है। जी जी हुण इन्हां दे राजा वड़िंग दे नाल ते इन्हें काफ़ी गेड़े मार ले सीगे ते हुण कहिंदे कैप्टन भी निकलणगे चंडीगढ़ तो शुरू कर रहे आ काम, दौरे करनगे जिले दे। आहो जदों दौरे पैंदे होण इहो जे राजनीति दे विच ते फिर दौरे करने भी पैणे आ। दरअसल जे यही चीज़ां पहलां कीतियां होंदियां, पहलां ते मैनूं लगदा कि इह चले गए राजवटशाही वाली फीलिंग दे विच कि मैं बस थोप दिता है तो मैं ही मतलब कि सब कुछ हूँ जरा करना है तो प्रजा ने बस मैनू मरदे दम तक राजा देखना है। तो खैर देखो भुलेखे होंगे भुलेखे निकल जाते हैं। हूँ गल कि कैप्टन अमरिंदर सिंह यत्न तो कर रहा पर कई बार ये होंगे ना कि हालात ठीक है, इतिहास थोड़े तो नाल हों पर हालात थोड़े तो नाल नहीं हों। इतिहास मतलब कि अतीत दे विच तुसी बहुत बारी वो सब कुछ किया होंगे जिहड़ा हुण दरकार होंगे, परंतु हालात नहीं बनते, मौका नहीं बनता, यही चीज़ होंगी है। क्योंकि अज ना कैप्टन के नाल पूरे लोग रहे, लोग तो भाव कि जिदा आप पंजाब कही पंजाब का आवाम तो ना ही अपने रहे ने बहुते, ये तो चढ़ते नूं सलाम आ। खैर गल आ कि आप दे फिर बगाने हो ही जाते हैं, अपने बगाने का उदो पता लगता हूँ अपने बगाने का, इन्हों का भी सफर तो गल शुरू हो रही थी, आप सिद्धू के सफर से गल आके खत्म की थी, तो सफर इन्हों का भी हूँ शुरू हो जा रहा जिदा देखा। तो वो कहते कि सफर में ऐसे कई मरहले भी आते हैं, हर एक मोड़ पे कुछ लोग छूट जाते हैं, कुछ लोग तो छुट गए कितने मनना पाएगा। हूँ कुछ योजे है जिदा ब्रह्म महिंद्रा वो कहें कि नहीं भाई आप कैप्टन के नाल, वैसे देखो यारी होनी चाहिए है तो योजी होनी चाहिए है, अजकल तो यारी कुलचिया के शूलिया के पिछे टुट जाती है। तेरी मेरी बिगड़ गई एक गन्ने की पोरी से, गन्ने की पोरी से भी इतने आ कुर्सी दिया बाजिया लगियां, अगले कहें नहीं 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 भाई जद तक कैप्टन का मसला हल नहीं होंगे तद तक सिद्धू को आप नहीं मिलेंगे। उधर राणा सोढ़ी है कहता यारी सोढ़िया की भी बड़ी किल होंगी है आप नहीं छड़ते, ओपी सोनी और भी बैठे से जाके। सो गल कि हूँ ये चीज इस गल से मोर लाती है कि उधर भी है थोड़े सही, उधर भी लीडर है तो सारे पंजाब से है, सारे पंजाब से है। हूँ मिसाल के तौर पर अमृतसर गए उथे मेयर सीगा जिहड़ा
ਜਾਂ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਸੀ ਜਾਂ ਤੁਸੀਂ ਦੇਖੋਗੇ ਮੈਂਬਰ ਪਾਰਲੀਮੈਂਟ ਔਜਲਾ ਤੇ ਉਹ ਮੰਤਰੀ ਓਪੀ ਸੋਨੀ ਚਾਰੇ ਜਿਹੜੇ ਸੀ ਉਹ ਸਿੱਧੂ ਦਾ ਸਵਾਗਤ ਕਰਨ ਦੀ ਥਾਂ ਤੇ ਕੈਪਟਨ ਦੇ ਗੋਡਿਆਂ ਦੇ ਨਾਲ ਜਾ ਕੇ ਬੈਠੀ ਸੀ। ਇਹਦਾ ਮਤਲਬ ਕਿ ਅੰਮ੍ਰਿਤਸਰ ਦੇ ਵਿੱਚ ਖੁਦ ਸਿੱਧੂ ਦੀ ਜਿੱਥੇ ਰਹਿਸ਼ ਆ ਕਾਂਗਰਸ ਉੱਥੇ ਵੀ ਇੱਕ ਮੁੱਠ ਨਹੀਂ ਆ। ਤੇ ਜੇ ਕੈਪਟਨ ਕਹਿੰਦਾ ਹੈ ਕਿ ਮੈਂ ਪੰਜਾਬ ਦੇ ਕੋਨੇ ਕੋਨੇ 'ਚ ਜਾਊਂਗਾ ਉਹ ਏਕਤਾ ਲਈ ਨਹੀਂ ਜਾ ਰਿਹਾ, ਉਹਦੇ ਆਪਣੇ ਫਿਰ ਪੁਰਾਣੇ ਜਿਹੜੇ ਸਲੀਪਰ ਸੈੱਲ ਆ ਨਾ ਉਹਨਾਂ ਨੂੰ ਜਗਾਊਗਾ ਕਿ ਵੱਧ ਤੋਂ ਵੱਧ ਸਿੱਧੂ ਦਾ ਰਸਤਾ ਰੋਕਿਆ ਜਾਵੇ, ਆਪਣੀ ਤਾਕਤ ਦਾ ਅਹਿਸਾਸ ਕਰਾਇਆ ਜਾਵੇ, ਮੁਜ਼ਾਹਰਾ ਕੀਤਾ ਜਾਵੇ ਖੁੱਲ ਕੇ। ਜਦੋਂ ਖੇਡਣ ਹੀ ਲੱਗ ਪਿਆ ਖੁੱਲ੍ਹਾ ਖੇਡ ਫਰੂਕਾਬਾਦੀ ਫਿਰ ਸੰਘ ਕਾ ਦੀ ਘੁੰਡ ਕਾ ਦਾ ਫਿਰ ਜਦ ਨੱਚਣ ਹੀ ਲੱਗ ਪਿਆ ਤਾਂ ਹੁਣ ਇਹੀ ਜਾਪਦਾ ਕਿ ਕੈਪਟਨ ਆਂਡਾ ਲਾਉਣ ਦੀ ਤਿਆਰੀ ਦੇ ਵਿੱਚ ਆ। ਕਿਉਂ? ਕਿਉਂਕਿ ਰਾਜਾ ਵੜਿੰਗ ਨੇ ਕਿਹਾ, ਤੁਸੀਂ ਜ਼ਿਕਰ ਕੀਤਾ ਰਾਜਾ ਵੜਿੰਗ ਦਾ ਕਿ ਅਖੇ ਜੀ ਸਿੱਧੂ ਸਾਹਿਬ ਲਈ ਟਾਈਮ ਲਿਆ ਜਲਦੀ ਮਤਲਬ ਕਿ ਦੇ ਦੇਣਗੇ ਟਾਈਮ, ਤੇ ਉਹਨਾਂ ਨੇ ਕਿਹਾ ਕਿ ਨਹੀਂ ਕੋਈ ਟਾਈਮ ਮੰਗਿਆ ਨਹੀਂ ਤੇ ਨਾ ਹੀ ਟਾਈਮ ਮਿਲਣਾ। ਸੀਐਮਓ ਨੇ ਇਹ ਗੱਲ ਕਹੀ ਕਿ ਨਾ ਹੀ ਟਾਈਮ ਮਿਲਣਾ ਜਦ ਤੱਕ ਮਾਫ਼ੀ ਨਹੀਂ ਮੰਗਦੇ। ਸਿੱਧੂ ਵੱਲੋਂ ਮਾਫ਼ੀ ਦੀ ਹਾਲ ਦੀ ਕਦੀ ਕੋਈ ਗੱਲਬਾਤ ਹੈ ਨਹੀਂ ਕੀਤਾ, ਤਾਂ ਮਤਲਬ ਇਹ ਕਿ ਜਿਵੇਂ ਹੁਣ ਵਿੱਚੋਂ ਜੇ ਗੱਲ ਆਈ ਕਿ ਇਨੋਵਾ ਗੱਡੀਆਂ ਦੇ ਦਿੱਤੀਆਂ ਗਈਆਂ, ਕੁਛ ਖਾਸ ਇਹਨਾਂ ਦੇ ਜਿਹੜੇ ਆਪਣੇ ਬੰਦੇ ਸੀਗੇ ਉਹਨਾਂ ਨੂੰ ਨਵੀਆਂ ਗੱਡੀਆਂ ਵੀ ਦੇ ਦਿੱਤੀਆਂ ਗਈਆਂ, ਰਮਨੀਤ ਬਿੱਟੂ ਵਰਗੇ, ਕਿ ਕਿਤੇ ਨਾ ਕਿਤੇ ਆਪਣੇ ਜਿਹੜੇ ਇਹਨਾਂ ਦੇ ਵਫ਼ਾਦਾਰ ਆ ਉਹ ਵਫ਼ਾਦਾਰੀਆਂ ਬਦਲ ਨਾ ਸਕਣ। ਹਾਲਾਂਕਿ ਆਮ ਆਦਮੀ ਪਾਰਟੀ ਕਹਿੰਦੀ ਕਿ ਇਹ ਇਨਡਾਇਰੈਕਟਲੀ ਖਰੀਦੋ ਫਰੋਖਤ ਹੀ ਹੈ ਜਿਹੜਾ ਕੰਮ ਚੱਲਣ ਰਿਹਾ, ਪਰ ਹੁਣ ਖੇਡ ਦੇ ਵਿੱਚ ਤੇ ਸਭ ਕੁਛ ਕਹਿ ਗਿਆ ਨਾ, ਇਹਨਾਂ ਦੇ ਭਾਅ ਦੀ ਤੇ ਇੱਕ ਖੇਡ ਚੱਲਣ ਰਹੀ ਆ। ਤਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਬਾਰੇ ਇਹ ਚਰਚਾ ਚੱਲ ਰਿਹਾ ਕਿ ਉਹ ਜਲਦੀ ਸਿਸਮਾਂ ਚੋਂ ਨਿਕਲ ਗਏ, ਤੇ ਜੇ ਪਹਿਲਾਂ ਹੀ ਨਿਕਲ ਪੈਂਦੇ ਤੇ ਆ ਸ਼ਾਇਦ ਨੌਬਤ ਆਉਂਦੀ ਨਾ, ਪਰ ਹੁਣ ਜਦੋਂ ਧੂੜਾ ਫੱਕਣਗੇ ਉਹ ਮੇਲੇ ਬਹਾਰਾਂ ਨਜ਼ਰ ਨਹੀਂ ਆਉਣੀਆਂ ਜਿਹੜੀਆਂ ਉਦੋਂ ਜੇ ਆਪਾਂ ਦੇਖੀਏ 1997-98 'ਚ ਜਦੋਂ ਛੱਡਿਆ ਇਹਨਾਂ ਨੇ ਤੇ ਯੱਕ ਦਾ ਪ੍ਰਧਾਨ ਬਣਾਇਆ ਤੇ ਲੋਕਾਂ ਨੂੰ ਲੱਗਿਆ ਲੈ ਵੀ ਚਮਤਕਾਰ ਹੋ ਗਿਆ, ਮੁੱਖ ਮੰਤਰੀ ਬਣਿਆ ਲੈ ਵੀ ਚਮਤਕਾਰ ਹੋ ਗਿਆ, ਫਿਰ ਬਾਜਵੇ ਨੂੰ ਪਿਛਾੜ ਕੇ ਆ ਵੀ ਲੈ ਵੀ ਚਮਤਕਾਰ ਹੋ ਗਿਆ, ਉਦੋਂ ਆ ਮੈਂ ਬਾਦਲ ਦੇ ਪਜਾਮੇ 'ਚ ਚੂਹੇ ਛੱਡਣੇ ਆ, ਮੈਂ ਲੰਬੂ ਨੂੰ ਫੜ ਕੇ ਧੋਣ ਤੋਂ ਇੱਥੋਂ ਕਰਨਾ ਹੈ, ਸੁਖਬੀਰ ਬਾਦਲ ਨੂੰ ਐ ਕਰ ਦੂੰਗਾ, ਲੋਕਾਂ ਨੇ ਆਖਿਆ ਲੋ ਵੀ ਲੈ ਗਿਆ ਬਾਦਲ ਨੂੰ ਤੇ ਲੱਕੋ ਲੈ ਗਿਆ ਐਤਕੀ ਕੈਪਟਨ ਹੁਣ ਆ ਗਈ ਜੀ। ਤਾਂ ਐਤਕੀ ਉਹ ਮੇਲੇ ਬਹਾਰਾਂ ਜਿਹੜੇ ਨਜ਼ਰ ਨਹੀਂ ਆਉਣਗੇ, ਲੋਕ ਕੈਪਟਨ ਤੋਂ ਜ਼ਿਆਦਾ ਉਖੜੇ ਪਏ ਇਸ ਟਾਈਮ। ਤੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਇੱਕ ਧਾਰਨਾ ਬਣ ਜਾਂਦੀ ਹੈ ਬੀਬੀ ਭੱਠਲ ਤੇ ਜਦੋਂ ਕੈਪਟਨ ਲੜੇ ਸੀਗੇ ਉਦੋਂ ਵੀ ਇਹ ਗੱਲ ਨਿਕਲੀ, ਜਦੋਂ ਆਪਾਂ ਦੇਖਿਆ ਦੂਲੋ ਤੇ ਲੜੇ ਆ ਕੈਪਟਨ, ਉਦੋਂ ਵੀ ਆਪਾਂ ਦੇਖਿਆ ਬਾਜਵਾ ਤੇ ਕੈਪਟਨ ਇਹਨਾਂ ਦੀ ਲੜਾਈ ਦੇ ਵਿੱਚ ਵੀ ਇਹੀ ਨਜ਼ਰ ਆਇਆ ਕਿ ਜਦੋਂ ਗੱਲ ਆਈ ਕਿ ਬਾਦਲਾਂ ਦੇ ਨਾਲ ਬਿਹਤਰ ਫਾਈਟ ਕੌਣ ਕਰ ਸਕਦਾ ਕਿਉਂਕਿ ਉਦੋਂ ਆਮ ਆਦਮੀ ਪਾਰਟੀ 'ਚ ਆਈ ਨਹੀਂ ਸੀ ਨਾ ਜੀ ਜੀ, ਤਾਂ ਉਦੋਂ ਲੋਕਾਂ ਨੇ ਕੈਪਟਨ ਤੇ ਭਰੋਸਾ ਪ੍ਰਗਟਾਇਆ ਸੀ। ਅੱਜ ਵੀ ਲੜਾਈ ਜਿਹੜੀ ਆ ਨਾ ਉਹ ਇਸੇ ਤਰ੍ਹਾਂ ਦੀ ਬਣਾਈ ਜਾ ਰਹੀ ਆ ਕਿ ਵਿਰੋਧੀਆਂ ਨਾਲ ਕੌਣ ਜਿੱਤ ਸਕਦਾ, ਤਾਂ ਇਹਦੇ 'ਚ ਮੈਨੂੰ ਲੱਗਦਾ ਕਿ ਐਤਕੀ ਬਾਜੀ ਉਲਟਿਆ ਸਿੱਧੂ ਅੱਗੇ ਖਲੋਤਾ ਹੈ। ਜੀ ਜੀ, ਅਗਲੀ ਮਿੰਟ 'ਚ ਗੱਲ ਕਰੀਏ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕਰਨ ਦੀ ਕਿਸਾਨਾਂ ਨੂੰ ਮਿਲੀ ਇਜਾਜ਼ਤ। ਇਹ ਜਦੋਂ ਸੰਘਰਸ਼ ਸ਼ੁਰੂ ਹੋਇਆ ਸੀ ਤੇ ਉਦੋਂ ਵੀ ਕਹਿੰਦੇ ਸੀ ਵੀ ਇੱਥੇ ਆ ਕੇ ਕਰ ਲਓ, ਹੁਣ ਕੀ ਫਰਕ ਹੈ ਇੱਥੇ ਜਿਹੜਾ ਕਰਨ ਦੇ ਨਾਲ? ਹਾਂਜੀ, ਇਹੀ ਸਵਾਲ ਮੇਰੇ ਵੀ ਜ਼ਿਹਨ ਦੇ ਵਿੱਚ ਹੈ, ਇਹੀ ਸਵਾਲ ਮੇਰੇ ਖਿਆਲ ਦੇ ਨਾਲ ਸਰੋਤਿਆਂ ਦੇ ਜ਼ਿਹਨ ਦੇ ਵਿੱਚ ਵੀ ਹੋਏਗਾ ਕਿ ਜੇ ਜੰਤਰ ਮੰਤਰ ਤੇ ਪ੍ਰਦਰਸ਼ਨ ਕਰਨਾ ਤੇ ਫਿਰ ਜਿੱਥੇ ਤੁਸੀਂ ਬੈਠੇ ਹੋ ਪ੍ਰਦਰਸ਼ਨ ਤੇ ਚੱਲ ਹੀ ਰਿਹਾ ਹੈ ਨਾ, ਉਹ ਵੀ ਤਾਂ ਇੱਕ ਪ੍ਰਦਰਸ਼ਨ ਆ। ਪਰ ਬਹਿਰਾਲ ਇਹ ਹੁਣ ਦੇਖੋ ਆਪਣੇ ਜਿਹੜੇ ਹੈਗੇ ਆ ਮੋਹਤ ਬਾਰ ਆਪਣੇ ਉਹਨਾਂ ਦਾ ਫੈਸਲਾ, ਪਰ ਹਾਲ ਦੀ ਘੜੀ ਦੇਖੋ ਮੈਂ ਹੁਣ ਜਿਹੜਾ ਪੇਜ ਚੈੱਕ ਕੀਤਾ ਇਹਨਾਂ ਦਾ ਐਸ ਕੇ ਐਮ ਦਾ ਜਿਹੜਾ ਵੈਰੀਫਾਈਡ ਪੇਜ ਆ ਉਹਦੇ ਤੇ ਕੁਛ ਪੁਸ਼ਟੀ ਨਹੀਂ ਮਿਲੀ, 3-4 ਪ੍ਰੈਸ ਨੋਟ ਵੀ ਵੇਖੇ ਆ, ਕੋਈ ਐਸਾ ਮੈਨੂੰ ਤੇ ਨਜ਼ਰ ਨਹੀਂ ਆਇਆ। ਹਾਲਾਂਕਿ ਕਾਹਲੀ 'ਚ ਵੇਖੇ ਤੁਹਾਡੀ ਕਾਲ ਆਉਣ ਤੋਂ ਪਹਿਲਾਂ ਮੈਂ, ਹੋ ਸਕਦਾ ਕੋਈ ਮੈਂ ਨਜ਼ਰ ਅੰਦਾਜ਼ ਕਰ ਗਿਆ ਹੋਵਾਂ, ਪਰੰਤੂ ਉੱਥੇ ਕੋਈ ਪੁਸ਼ਟੀ ਨਹੀਂ ਹੈਗੀ ਕਿ ਐਸੀ ਸਹਿਮਤੀ ਬਣੀ ਆ। ਮੈਂ ਦਰਸ਼ਨਪਾਲ ਹੋਰਾਂ ਦੀ ਵੀ ਵਾਇਸ ਸੁਣੀ ਆ, ਉਹਦੇ ਵਿੱਚ ਵੀ ਉਹਨਾਂ ਨੇ ਇਹ ਨਹੀਂ ਕਿਤੇ ਵੀ ਕਿਹਾ ਕਿ ਜੰਤਰ ਮੰਤਰ ਤੇ, ਹਾਂ ਉਹ ਇਹ ਕਹਿ ਰਹੇ ਸੀਗੇ ਕਿ ਅਸੀਂ ਪੈਰਲਲ ਇੱਕ ਸੰਸਦ ਚਲਾਵਾਂਗੇ, ਸਾਡੇ ਬੰਦੇ ਜਾਣਗੇ ਤੇ ਅਸੀਂ 9-5 ਉੱਥੇ ਚਲਾਵਾਂਗੇ, ਤੇ ਉਹਦੇ ਵਿੱਚ ਕੀ ਆ ਜੇ ਸਾਨੂੰ ਡਿਟੇਨ ਕਰ ਲੈਣਗੇ ਅਸੀਂ ਮੁੜ ਆਵਾਂਗੇ, ਜੇ ਗ੍ਰਿਫਤਾਰ ਕਰ ਲਾਉਣਗੇ ਅਸੀਂ ਜੇਲ੍ਹ ਚਲੇ ਜਾਵਾਂਗੇ, ਜੇ ਮਤਲਬ ਕਿ ਕੁਛ ਵੀ ਕਰਨਗੇ ਅਸੀਂ ਤਿਆਰ ਹਾਂ, ਜੇ ਉਹ ਕੁਛ ਵੀ ਕਰਦੇ ਹਾਂ ਅਸੀਂ ਤਿਆਰ ਹਾਂ ਉਹਦੇ ਵਾਸਤੇ। ਤਾਂ ਇਹਦਾ ਮਤਲਬ ਇਹ ਆ ਕਿ ਹਾਲ ਦੀ ਘੜੀ ਆਪਾਂ ਐਸ ਕੇ ਐਮ ਵੱਲੋਂ ਤਾਂ ਕੋਈ ਪੁਸ਼ਟੀ ਨਹੀਂ ਦੇਖ ਰਹੇ, ਕਮ ਸੇ ਕਮ ਮੈਂ ਤਾਂ ਦੇਖੀ ਨਹੀਂ ਆ, ਤੇ ਇਹ ਖਬਰਾਂ ਜ਼ਰੂਰ ਆ ਰਹੀਆਂ ਨੇ ਵੱਖ ਵੱਖ ਮੀਡੀਆ ਅਦਾਰੇ ਜਿਹੜੇ ਆ ਉਹ ਇਸ ਗੱਲ ਦਾ ਦਾਅਵਾ ਕਰ ਰਹੇ ਆ ਕਿ ਦਿੱਲੀ ਪੁਲਿਸ ਨੇ ਇਹ ਜਤਾਇਆ ਵਾ ਕਿ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਜਿਹੜੀ ਗੱਲਬਾਤ ਚੱਲੀ ਆ ਉਹ ਇਸ ਥਾਂ ਤੇ ਜਾ ਕੇ ਮੁੱਕੀ ਆ ਕਿ ਤੁਸੀਂ ਜੰਤਰ ਮੰਤਰ ਤੇ ਸੰਕੇਤਕ ਧਰਨਾ ਜਿਹੜਾ ਦੇਣਾ ਦੇ ਲਓ। ਹੁਣ ਸਵੇਰੇ ਮੇਰੇ ਖਿਆਲ ਦੇ ਨਾਲ ਸਪਸ਼ਟ ਹੋਏਗਾ ਜਾਂ ਅਸਾਂ ਤਾਂ ਹੁਣ ਸੌਂ ਜਾਣਾ,
ਤੁਸੀਂ ਖਬਰਾਂ ਦੇ ਨਾਲ ਜਦੋਂ ਵਿਵਸਥਾ ਹੋਵੇ ਤੁਹਾਨੂੰ ਸ਼ਾਇਦ ਪਤਾ ਲੱਗ ਜਾਵੇ ਕਿਉਂਕਿ ਹੋ ਸਕਦਾ ਕੋਈ ਕਲੈਰਿਟੀ ਜਿਹੜੀ ਇਸ ਮਾਮਲੇ ਦੇ ਵਿੱਚ ਵੇਖਣ ਨੂੰ ਮਿਲੇ। ਪਰੰਤੂ ਜੇ ਆਪਾਂ ਦੇਖੀਏ ਇੱਕ ਦੋ ਗੱਲਾਂ ਹੋਰ ਵੀ ਨੇ ਉਹ ਵੀ ਜ਼ਰੂਰੀ ਹੈ ਜਾਣਨੀਆਂ ਕਿਸਾਨ ਸੰਘਰਸ਼ ਦੇ ਮੁਤਾਲਕ। ਇੱਕ ਤੇ ਆ ਕਿ ਉੱਥੇ ਪਾਣੀ ਬਹੁਤ ਭਰਿਆ, ਦੋ ਤਿੰਨ ਦਿਨ ਲਗਾਤਾਰ ਭਾਰੀ ਮੀਂਹ ਪਿਆ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਜਦੋਂ ਧੁੱਪ ਨਿਕਲਦੀ ਹੈ ਤੇ ਬੜਾ ਚਮਾਸਾ ਹੁੰਦਾ ਹੈ, ਹਾਲਾਤ ਬੜੇ ਔਖੇ ਉਹਨਾਂ ਦੇ, ਇਹ ਗੱਲ ਤੇ ਮੰਨਣੀ ਪਊ। ਦੂਜੀ ਚੀਜ਼ ਇਹ ਆ ਕਿ ਅੱਜ ਕੁਛ ਬੰਦੇ ਜਿਹੜੇ ਉੱਥੋਂ ਦੇ ਸਥਾਨਕ ਲੋਕ ਉਹ ਆ ਗਏ ਕਿ ਤੁਸੀਂ ਇੱਕ ਸਾਈਡ ਖਾਲੀ ਕਰੋ ਇੱਥੋਂ ਦੀ ਰੋਡ ਦੇ ਤੇ ਬਰਾਬਰ ਮਤਲਬ ਕਿ ਪ੍ਰਦਰਸ਼ਨ ਕਰਨ ਆ ਗਏ। ਇਹਨਾਂ ਨੇ ਕਿਹਾ ਕਿ ਇਹ ਕੋਈ ਉੱਥੋਂ ਦੇ ਸਥਾਨਕ ਲੋਕ ਨਹੀਂ ਹੈ, ਬਸ ਇਹ ਸਿਰਫ ਏਜੰਟ ਆ। ਮਤਲਬ ਕਿ ਇਹ ਵੀ ਇੱਕ ਪੈਂਤਰਾ ਖੇਡਿਆ ਜਾ ਰਿਹਾ ਉਹਨਾਂ ਦੇ ਮੁਤਾਬਕ ਕਿ ਠੀਕ ਪਹਿਲਾਂ ਜਦੋਂ ਇਹਨਾਂ ਦਾ ਐਕਸ਼ਨ ਪ੍ਰੋਗਰਾਮ ਹੈ ਠੀਕ ਪਹਿਲਾਂ ਇੱਕ ਉਧਰੋਂ ਐਕਸ਼ਨ ਕਰਵਾਇਆ ਜਾ ਰਿਹਾ। ਇੱਕ ਦੂਜੀ ਗੱਲ ਜਿਹੜੀ ਅੱਜ ਚੜੂਨੀ ਸਾਹਿਬ ਨੇ ਫੇਰ ਇੱਥੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਫੇਰ ਆਖਿਆ ਕਿ ਮੈਂ ਆਪਣੇ ਸਟੈਂਡ ਤੇ ਕਾਇਮ ਆ, ਸਾਨੂੰ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਚਾਹੀਦੀ ਆ, ਉਹ ਮਾਡਲ ਫੇਰ ਪੂਰੇ ਇੰਡੀਆ 'ਚ ਲਿਜਾਣਾ ਚਾਹੀਦਾ। ਤੇ ਇੱਕ ਗੱਲ ਜਿਹੜੀ ਆ ਹੁਣ ਇਹਦੇ ਵਿੱਚੋਂ ਵੀ ਕਿਤੇ ਨਾ ਕਿਤੇ ਪ੍ਰਗਟ ਹੁੰਦੀ ਆ ਕਿ ਚੜੂਨੀ ਸਾਹਿਬ ਦਾ ਇਰਾਦਾ ਬਣਦਾ, ਉਹ ਪਚਾਕਾ ਵੇਖਣਾ ਚਾਹੁੰਦੇ ਆ ਇਲੈਕਸ਼ਨ ਦਾ, ਹੋ ਸਕਦਾ ਕਿ ਪੰਜਾਬ ਦੇ ਵਿੱਚੋਂ ਲੜਨ। ਤੇ ਪਾਰਟੀਆਂ ਬਾਰੇ ਤਾਂ ਹੁਣ ਕੁਛ ਕਹਿ ਨਹੀਂ ਸਕਦੇ ਕਿ ਕਿਹੜੀ ਪਾਰਟੀ ਹੋ ਸਕਦੀ, ਪਰ ਇਹ ਹਾਲ ਦੀ ਕੜੀ ਕਾਲਪਨਿਕ ਗੱਲ ਹੈ ਜਾਂ ਕਹਿ ਲਓ ਕਿ ਕਿਆਸ ਰਾਈ ਹੈ। ਉਹਨਾਂ ਦੀ ਗੱਲਾਂ ਦੇ ਵਿੱਚੋਂ ਕਿਤੇ ਨਾ ਕਿਤੇ ਲੱਗਦਾ ਸੰਕੇਤ ਜਿਹਾ ਆਉਂਦਾ। ਬਾਕੀ ਹੁਣ ਕਿਸਾਨ ਆਗੂਆਂ ਨੇ ਜਿਵੇਂ ਕਹਿੰਦੇ ਹੁੰਦੇ ਕਿ ਗਲਤੀਆਂ ਸੇ ਸਿੱਖੀਏ ਮੁਸੀਬਤ ਕਾ ਫਾਇਦਾ ਉਠਾਈਏ, ਸਫਲਤਾ ਤਦੇ ਮਿਲਦੀ ਆ। ਕਿ ਦੇਖੋ ਹੁਣ ਗਲਤੀਆਂ ਵੀ ਹੋ ਚੁੱਕੀਆਂ ਨੇ ਤੇ ਮੁਸੀਬਤਾਂ ਵੀ ਝੱਲ ਚੁੱਕੇ ਹੋ, ਸਾਰਾ ਕੁਛ ਹੋਇਆ, ਮੌਕਿਆਂ ਦਾ ਫਾਇਦਾ ਵੀ ਚੁੱਕਣ ਦੀ ਜ਼ਰੂਰਤ ਹੈ। ਤਾਂ ਗੱਲ ਇਹ ਹੈ ਕਿ ਗਲਤੀਆਂ ਤੋਂ ਸਿੱਖੋ, ਮੁਸੀਬਤਾਂ ਦਾ ਫਾਇਦਾ ਚੁੱਕੋ ਤੇ ਇਹ ਸਾਰਾ ਕੁਛ ਹੁਣ ਲਾਗੂ ਕਰਕੇ ਅਗਾਂਹ ਲਿਜਾਣਾ ਚਾਹੀਦਾ ਹੈ ਮੇਰੇ ਖਿਆਲ ਦੇ ਨਾਲ। ਹੁਣ ਹਰੇਕ ਪੈਂਤ ਦਾ ਜਿਹੜਾ ਨਾ ਉਹ ਦੂਆ ਲੜਾਈ ਵਾਲਾ ਹੈ ਕਿ ਜੇ ਹੁਣ ਤੁਸੀਂ ਗਲਤੀਆਂ ਕੀਤੀਆਂ ਦੁਹਰਾਈਆਂ, ਕਿਉਂਕਿ ਗਲਤੀਆਂ ਤੋਂ ਸਭ ਸਬਕ ਸਿੱਖੇ ਜਾ ਸਕਦੇ ਆ, ਗਲਤੀਆਂ ਨੂੰ ਵਾਰ ਵਾਰ ਦੁਹਰਾਇਆ ਨਹੀਂ ਜਾ ਸਕਦਾ। ਤਾਂ ਹੁਣ ਇਹਨਾਂ ਨੇ ਅੱਜ ਹੀ ਮੈਂ ਰਾਜੇਵਾਲ ਜੀ ਦਾ ਸੁਣ ਰਿਹਾ ਸਾ ਸਟੇਟਮੈਂਟ, ਉਹ ਕਹਿੰਦੇ ਕਿ ਫਿਰ ਇੱਕ ਮਰਤਬਾ ਸੰਘਰਸ਼ ਆ ਜਿਹੜਾ ਸਾਡਾ ਪੀਕ ਤੇ ਚੱਲ ਗਿਆ। ਚਲੋ ਬਹੁਤ ਅੱਛੀ ਗੱਲ ਆ, ਪੀਕ ਤੇ ਚੱਲ ਗਿਆ ਤੇ ਬਸ ਇਹੀ ਹੈ ਕਿ ਹੁਣ ਇਸ ਪੀਕ ਨੂੰ ਬਰਕਰਾਰ ਰੱਖਿਆ ਜਾਵੇ ਤਗੜੇ ਹੋ ਕੇ। ਨਾਲ ਉਹਨਾਂ ਨੇ ਅੱਜ ਕਹਿ ਲਈਏ ਕਿ ਚੰਡ ਕੀਤੀ ਆ ਕਾਂਗਰਸ ਦੇ ਜਿਹੜੇ MPs ਆ ਉਹ ਕਹਿੰਦੇ ਕਿ ਅਸੀਂ ਬਾਜ ਅੱਖ ਰੱਖੀ ਹੋਈ ਹੈ ਤੁਹਾਡੇ ਤੇ, ਤੁਸੀਂ ਜਿਹੜਾ ਕੰਮ ਕਰਦੇ ਪਏ ਹੋ ਨਾ ਕਿ ਚਾਰ ਕੁ ਬੰਦੇ ਪੰਜਾਬ ਦੇ ਜਿਹੜੇ ਤੁਹਾਡੇ ਮੈਂਬਰ ਪਾਰਲੀਮੈਂਟ ਉਹ ਤਾਂ ਤਖਤੀਆਂ ਫੜ ਕੇ ਵਿਚਾਰੇ ਖੜ ਜਾਂਦੇ ਆ ਤੇ ਦੂਜੇ ਤੁਹਾਡੇ ਰਾਜਾਂ ਦੇ ਜਿਹੜੇ ਆ ਉਹ ਹੋਰ ਮੁੱਦਿਆਂ ਤੇ ਆਪਦਾ ਕੰਮ ਚਲਾਈ ਜਾਂਦੇ ਆ, ਇੱਦਾਂ ਨਹੀਂ ਗੱਲ ਚੱਲਣੀ। ਉਹ ਕਹਿੰਦੇ ਕਿ ਇੱਦਾਂ ਦੇ ਤਿਆਰ ਹੁੰਦੇ ਨਾ ਜਿੱਦਾਂ ਗਾਣਾ ਆਇਆ ਸੀ ਨਾ, ਉਹ ਕਹਿੰਦੇ ਕਿ ਇੱਦਾਂ ਕੰਮ ਨਹੀਂ ਚੱਲੇਗਾ, ਅਸੀਂ ਵੇਖ ਲਓ ਫਿਰ ਆਪਦੇ ਹਿਸਾਬ ਕਿਤਾਬ ਨਾਲ ਚੱਲਣਾ ਸਟਾਰਟ ਕਰ ਦਿਆਂਗੇ। ਜੀ ਜੀ, ਵੈਸੇ ਪ੍ਰੈਸ ਰਿਲੀਜ਼ ਦੇ ਵਿੱਚ ਉਹਨਾਂ ਨੇ ਲਿਖਿਆ ਵੀ 200 ਜਾਣਿਆਂ ਦਾ ਜਿਹੜਾ ਜੱਥਾ ਆ ਉਹ ਜਿਹੜਾ ਜੀ ਜੰਤਰ ਮੰਤਰ 'ਤੇ ਕੱਲ੍ਹ ਤੋਂ ਸਰਕਾਰ ਦੇ ਖਿਲਾਫ਼ ਪ੍ਰੋਟੈਸਟ ਜਿਹੜਾ ਉਹ ਕਰੂਗਾ। ਇਹਨਾਂ ਨੇ ਜਿਹੜਾ ਇਸ ਪ੍ਰੈਸ ਮੈਂਸ਼ਨ ਕੀਤਾ ਆ ਜੀ ਇਹਨਾਂ ਨੇ। ਜੀ ਬਿਲਕੁਲ ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਮਿੰਟੂ ਜੀ ਗੱਲ ਕਰ ਲਈਏ, ਸੰਸਦ ਦੀ ਜਿਹੜੀ ਕਮੇਟੀ ਆ ਉਸ 'ਚ ਉੱਠੂਗਾ ਇਹ ਹੁਣ ਮੁੱਦਾ, IT ਅਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਜਿਹੜੇ ਉਹ ਵੀ ਤਲਬ ਹੋਏ ਨੇ। ਹਾਂਜੀ ਦੇਖੋ, ਅੱਜ ਅਕਾਲੀ ਦਲ ਨੇ ਵੀ ਮੰਗ ਕੀਤੀ ਆ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਕਿ ਇਹ ਮਾਮਲਾ ਜਿਹੜਾ ਉਹ ਸਟੈਂਡਿੰਗ ਕਮੇਟੀ ਕੋਲ ਜਿਹੜਾ ਉਹ ਜਾਣਾ ਚਾਹੀਦਾ। ਤੇ ਹੁਣ ਖਬਰ ਇਹ ਆ ਰਹੀ ਸੀ ਜੀ, ABP ਵੱਲੋਂ ਖਬਰ ਦਿੱਤੀ ਗਈ ਆ ਕਿ ਸੂਚਨਾ ਤਕਨੀਕੀ ਮੰਤਰਾਲੇ ਨਾਲ ਜਿਹੜੀ ਜੁੜੀ ਆ ਸਟੈਂਡਿੰਗ ਕਮੇਟੀ ਉਹਦੀ ਇੱਕ ਬੈਠਕ 28 ਜੁਲਾਈ ਨੂੰ ਸੱਦੀ ਗਈ ਆ ਤੇ ਉਹਦੇ ਵਿੱਚ ਸੂਚਨਾ ਟੈਕਨੋਲੋਜੀ ਗ੍ਰਹਿ ਤੇ ਸੰਚਾਰ ਮੰਤਰਾਲੇ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਤਲਬ ਕੀਤਾ ਗਿਆ। ਬੈਠਕ ਦਾ ਏਜੰਡਾ ਜਿਵੇਂ ਆਪਾਂ ਨੂੰ ਪਤਾ ਕਿ ਨਾਗਰਿਕਾਂ ਦਾ ਡਾਟਾ ਜਿਹੜਾ ਉਹਦੇ ਤੇ ਜਿਹੜੀ ਪ੍ਰੋਟੈਕਸ਼ਨ ਹੁੰਦੀ ਹੈ ਜਾਂ ਉਹਨਾਂ ਦੀ ਪ੍ਰਾਈਵੇਸੀ ਹੈ ਜਿਹੜੀ ਉਹਦੇ ਵਾਸਤੇ ਕੀ ਕੀਤਾ ਗਿਆ, ਯਾਨੀ ਮਸਲਾ ਜਿਹੜਾ ਉਹ ਇਸ ਮਾਮਲੇ ਦੇ ਨੇੜੇ ਤੇੜੇ ਘੁੰਮੇਗਾ। ਮਤਲਬ ਕਿ ਕਮੇਟੀ ਦੇ ਸੂਤਰ ਇਹ ਗੱਲ ਕਨਫਰਮ ਕਰਦੇ ਕਿ ਬੈਠਕ ਵਿੱਚ ਇਜ਼ਰਾਈਲ ਦੇ ਸਾਫਟਵੇਅਰ ਪੈਗਾਸਸ ਦੀ ਵਰਤੋਂ ਨਾਲ ਕਰਵਾਏ ਗਏ ਫੋਨ ਜਸੂਸੀ ਘੁਟਾਲੇ ਸੰਬੰਧੀ ਪ੍ਰਸ਼ਨਾਂ ਦੇ ਜਵਾਬ ਲੈ ਜਾਣਗੇ। ਸੋ ਇਹ ਖ਼ਬਰ ਆ ਤੇ ਮੇਰੇ ਖਿਆਲ ਦੇ ਨਾਲ ਹੋਣਾ ਵੀ ਚਾਹੀਦਾ। ਦੇਖੋ ਫਰਾਂਸ ਦੇ ਵਿੱਚ ਆਲਰੇਡੀ ਇਹਦੀ ਮੇਰੇ ਖਿਆਲ ਦੇ ਨਾਲ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਆ। ਹੋਰ ਕੋਈ ਮੁਲਕ ਕਰੇ ਨਾ ਕਰੇ ਭਾਰਤ ਨੂੰ ਤੇ ਕਰਨਾ ਚਾਹੀਦਾ, ਕਿਉਂਕਿ ਗੱਲਾਂ ਕਈ ਨਿਕਲੀਆਂ ਨੇ ਇਹਦੇ ਚੋਂ ਕਿ ਜਿਵੇਂ ਹੁਣ ਵਾਇਰੋਲੋਜਿਸਟ ਬੀਬੀ ਗਗਨਦੀਪ ਕੌਰ ਉਹਦਾ ਨਾਂ ਆ ਗਿਆ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਪਾਕਿਸਤਾਨ ਦਾ ਮੀਡੀਆ ਬਹੁਤ ਜ਼ਿਆਦਾ ਸ਼ੌਦਾ ਲਾ ਰਿਹਾ ਆਪਣਾ ਜਿਹੜਾ ਉਹਨਾਂ ਦਾ ਹੈਗਾ ਮਤਲਬ ਇੰਟੈਲੀਜੈਂਸ ਦਾ ਤਾਣਾ ਬਾਣਾ ਸਰਕਾਰ ਤੇ ਨਾਲ ਭਾਰਤ
ਤਿੰਨਾਂ ਨੂੰ ਲਈ ਖੜਾ ਹੋ। ਬਹੁਤ ਖੁੱਲ ਕੇ ਉੱਥੇ ਰਿਪੋਰਟਿੰਗ ਹੋ ਰਹੀ ਆ ਕਿਉਂਕਿ ਦਾਅਵਾ ਇਹ ਕੀਤਾ ਜਾ ਰਿਹਾ ਕਿ ਇਮਰਾਨ ਖਾਨ ਦੀ ਵੀ ਜਸੂਸੀ ਇੰਡੀਅਨ ਗਵਰਨਮੈਂਟ ਨੇ ਕੀਤੀ ਹੈ ਇਸੇ ਸੋਫਟਵੇਅਰ ਦੇ ਜ਼ਰੀਏ। ਔਰ ਇਸ ਤੋਂ ਵੀ ਵੱਡਾ ਜਿਹੜਾ ਦੋਸ਼ ਲੱਗ ਰਿਹਾ ਇਸ ਟਾਈਮ ਇੰਡੀਆ ਤੇ, ਦੇਖੋ ਦੋਸ਼ ਨੇ, ਮੈਂ ਵਾਰ ਵਾਰ ਦੋਸ਼ ਕਹਿ ਰਿਹਾ, ਦੋਸ਼ ਇਹ ਲੱਗ ਰਿਹਾ ਕਿ ਕੁਛ ਜਿਹੜੇ ਇੱਥੇ ਦਿੱਲੀ ਦੇ ਵਿੱਚ ਡਿਪਲੋਮੈਟਸ ਨੇ, ਮਤਲਬ ਕਿ ਵੱਖ ਵੱਖ ਦੇਸ਼ਾਂ ਦੇ, ਜਿੱਦਾਂ ਚਾਈਨਾ ਲੈ ਲਓ, ਆਪਾਂ ਸਪੈਸਿਫਿਕਲੀ ਇੱਕ ਨਾਂ ਲੈ ਲਈਏ ਤਾਂ ਚਾਈਨਾ ਦਾ ਜਿੱਦਾਂ ਮੰਨ ਲਓ ਜਿਹੜਾ ਵੀ ਇੱਥੇ ਅਨਵੇ ਆ ਕਿ ਉਹਨਾਂ ਦੀ ਵੀ ਜਸੂਸੀ ਕੀਤੀ ਗਈ। ਦੋਸ਼ ਬਹੁਤ ਗੰਭੀਰ ਨੇ, ਇਹ ਦੋਸ਼ ਨੇ, ਹਾਲਾਂਕਿ ਆਪਾਂ ਪੁਸ਼ਟੀ ਨਹੀਂ ਕਰ ਸਕਦੇ, ਐਸਟੈਬਲਿਸ਼ ਨਹੀਂ ਕਰ ਸਕਦੇ, ਪਰੰਤੂ ਜੋ ਉੱਥੋਂ ਜਾਂਚ ਪੜਤਾਲ ਨਿਕਲੀ ਹੈ, ਜੋ ਹੁਣ ਤੱਕ ਰਿਪੋਰਟਾਂ ਬਣੀਆਂ, ਜਾਂ ਤਾਂ ਉਹਨਾਂ ਨੂੰ ਚੈਲੰਜ ਕਰਕੇ ਝੁਠਲਾਇਆ ਜਾਵੇ ਕਿ ਹਾਂ ਭਾਈ ਅਸੀਂ ਇਸ ਆਧਾਰ ਤੇ ਕੋਈ ਫੋਰੈਂਸਿਕ ਜਾਂਚ ਪੜਤਾਲ ਕਰਕੇ ਅਸੀਂ ਆਹ ਸਿੱਟਾ ਕੱਢਿਆ, ਕਿਉਂਕਿ ਸਾਰੀ ਦੁਨੀਆ ਦਾ ਮੀਡੀਆ ਉਹਦੀ ਜਿਹੜੀ ਵਾਜਬੀਅਤ ਆ, ਜੋ ਵੀ ਉਹਨਾਂ ਨੇ ਕੀਤਾ ਵਾ, ਮਤਲਬ ਕਿ ਫੋਰੈਂਸਿਕ ਜਾਂਚ ਪੜਤਾਲ ਕੀਤੀ ਹੈ ਸਾਈਬਰ ਐਕਸਪਰਟ ਦੇ ਜ਼ਰੀਏ, ਚਾਹੇ ਉਹ ਯੂਨੀਵਰਸਿਟੀ ਆਫ ਟੋਰਾਂਟੋ ਹੋਵੇ, ਚਾਹੇ ਐਮਨੈਸਟੀ ਦੀ ਆਪਣੀ ਲੈਬ ਹੋਵੇ, ਉਹਦੇ ਤੇ ਕਿਸੇ ਨੇ ਸਵਾਲ ਨਹੀਂ ਚੁੱਕਿਆ, ਨਾ ਹੀ ਇਹ ਚੁੱਕ ਰਹੇ ਆ। ਜਾਂ ਤਾਂ ਤੁਸੀਂ ਉਹਨਾਂ ਦੀ ਭਰੋਸੇਯੋਗਤਾ ਤੇ ਸਵਾਲ ਚੁੱਕੋ ਤੇ ਤੱਥਾਂ ਦੇ ਨਾਲ ਗੱਲ ਕਰੋ, ਫਿਰ ਤਾਂ ਕੋਈ ਮੰਨੇ। ਤਾਂ ਇਹ ਮਾਮਲਾ ਹੋਰ ਵੀ ਗੁੰਝਲਦਾਰ ਬਣ ਰਿਹਾ ਹੈ ਕਿ ਭਾਰਤ ਸਰਕਾਰ ਨੇ ਨਾ ਸਿਰਫ ਆਪਣੇ ਨਾਗਰਿਕਾਂ ਤੇ ਉਹ ਇਸਤੇਮਾਲ ਕੀਤਾ, ਕਿਉਂਕਿ NSO ਦੀ ਜਿਹੜੀ ਵੈਬਸਾਈਟ ਆ ਜਾਂ ਜਿਹਦਾ ਤੁਸੀਂ ਉਹਨਾਂ ਦਾ ਸਫਾਈ ਵਾਲਾ ਪੱਖ ਵੇਖੋਗੇ, ਉਹ ਤੇ ਇਹੋ ਕਹਿੰਦੇ ਆ ਨਾ ਕਿ ਅਸੀਂ ਮਤਲਬ ਕਿ ਅੱਤਵਾਦ ਦੇ ਵਿਰੋਧ ਦੇ ਵਿੱਚ ਜੋ ਗਤੀਵਿਧੀਆਂ ਹੁੰਦੀਆਂ ਉਹਦੇ ਵਰਤਣ ਵਾਸਤੇ ਜਾਂ ਕ੍ਰਾਈਮ ਨੂੰ ਰੋਕਣ ਵਾਸਤੇ ਅਸੀਂ ਇਸਤੇਮਾਲ ਕਰਨ ਲਈ ਸਰਕਾਰਾਂ ਨੂੰ ਵੇਚਦੇ ਹਾਂ। ਤੇ ਇੱਥੇ ਤੇ ਮਾਮਲਾ ਹੀ ਉਲਟ ਆ। ਪਹਿਲੀ ਗੱਲ ਕਿ ਜਿਹੜੀ ਇਹ ਸਨੂਪਿੰਗ ਹੋ ਰਹੀ ਆ ਉਹ ਹੋ ਰਹੀ ਆ ਨਾਗਰਿਕਾਂ ਦੀ, ਤੇ ਦੂਜਾ ਮਾਮਲਾ ਜਿਹੜਾ ਉਹ ਇਹ ਆ ਕਿ ਇੱਥੇ ਹਾਲ ਦੀ ਘੜੀ ਜਿਹੜੇ ਡਿਪਲੋਮੈਟਸ ਆ ਉਹਨਾਂ ਦੇ ਨਾਲ ਵੀ ਮਾਮਲਾ ਜੁੜਦਾ ਪਿਆ। ਸੋ ਇਹ ਜਿਹੜੀ ਕਹਾਣੀ ਹੈ ਕਿੱਧਰ ਨੂੰ ਜਾ ਰਹੀ ਹੈ, ਸੋ ਇਹਨਾਂ ਨੂੰ ਜਾਂਚ ਪੜਤਾਲ ਜਿਹੜੀ ਆ ਉਹ ਕਰਵਾਉਣੀ ਚਾਹੀਦੀ ਹੈ। ਜੀ ਜੀ, ਭਾਰਤ ਸਰਕਾਰ ਨੇ ਕਿਹਾ ਆਕਸੀਜਨ ਨਾਲ ਹੋਈਆਂ ਮੌਤਾਂ ਦਾ ਕੋਈ ਰਿਕਾਰਡ ਨਹੀਂ। ਦੇਖੋ ਇਹ ਤਾਂ ਬੜੀ ਮੈਂ ਕਹੂੰਗਾ ਕਿ ਇਸ ਵੇਲੇ ਜਿੱਦਾਂ ਕਹਿ ਲਈਏ ਨਾ ਜ਼ਖਮ ਤਿਆਰੀ ਫੇਰਨ ਵਾਲੀ ਗੱਲ ਆ ਕਿ ਤੁਹਾਡੇ ਕੋਲ ਹੁਣ ਇਸ ਤਰ੍ਹਾਂ ਦਾ ਕੋਈ ਡਾਟਾ ਹੀ ਹੈ ਨਹੀਂ ਗਾ, ਪਰ ਕੀ ਕਰੀਏ ਕੀ ਕਰੀਏ। ਉਹ ਕਹਿੰਦੇ ਹੁੰਦੇ ਆ ਨਾ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਇਹ ਇੱਥੇ ਬੋਲ ਬੋਲ ਕੇ ਤੁਸੀਂ ਕਰੋਗੇ ਕੀ? ਪਾਵਨ ਗੁਰਬਾਣੀ ਦਾ ਫਰਮਾਨ ਆ ਕਿ ਉੱਥੇ ਤਾਂ ਫਿਰ ਚੁੱਪ ਹੀ ਚੰਗੀ ਹੈ ਜਿੱਥੇ ਫਾਇਦਾ ਹੀ ਹੈ ਨਹੀਂ ਬੋਲਣ ਦਾ, ਕਿਉਂਕਿ ਦੁਨੀਆਂ ਨੇ ਵੇਖਿਆ, ਇਕੱਲੇ ਕੋਈ ਇੰਡੀਆ ਦੇ ਕਿਸੇ ਕ੍ਰਿਟਿਕ ਨੇ ਨਹੀਂ ਲਿਖਿਆ, ਕਿਸੇ ਟੈਲੀਵਿਜ਼ਨ ਚੈਨਲ ਨੇ ਟੈਲੀਕਾਸਟ ਨਹੀਂ ਕੀਤਾ, ਕਿਸੇ ਨਿਊਜ਼ ਪੇਪਰ ਨੇ ਰਿਪੋਰਟ ਨਹੀਂ ਕੀਤਾ, ਇੱਥੇ ਸਾਰੀ ਦੁਨੀਆ ਨੇ ਵੇਖਿਆ ਨਾ ਕਿ ਕਿਸ ਤਰ੍ਹਾਂ ਲੋਕ ਦਮ ਤੋੜ ਰਹੇ ਸਨ, ਕਿਸ ਤਰ੍ਹਾਂ ਭਾਰਤ ਦੇ ਵਿੱਚ ਇੱਕ ਐਸਾ ਮਾਹੌਲ ਬਣ ਗਿਆ ਸੀਗਾ ਕਿ ਲੋਕ ਡਰ ਰਹੇ ਸਨ, ਇਕੱਲੇ ਭਾਰਤ ਦੇ ਨਹੀਂ, ਭਾਰਤ ਦੇ ਵਿੱਚੋਂ ਜਿਹੜੇ ਗਏ ਨੇ ਤੁਹਾਡੇ ਵਰਗੇ ਪ੍ਰਵਾਸੀ ਉਹ ਵੀ ਦਹਿਲ ਰਹੇ ਸੀ ਖਬਰਾਂ ਦੇਖ ਕੇ ਕਿ ਆ ਬਣ ਕੀ ਰਿਹਾ ਇੰਡੀਆ ਦੇ ਵਿੱਚ, ਹੋਊਗਾ ਕੀ। ਤੇ ਅੱਜ ਦੀ ਘੜੀ ਸਰਕਾਰ ਇਹ ਆਖ ਕੇ ਕਿਤੇ ਨਾ ਕਿਤੇ ਪੱਲਾ ਛਡਾ ਰਹੀ ਆ ਕਿ ਦੇਖੋ ਸਾਡੇ ਕੋਲ ਡਾਟਾ ਹੀ ਹੈ ਨਹੀਂ ਗਾ। ਉਹਨਾਂ ਦਾ ਵੈਸੇ ਪੱਖ ਹੈ ਜਿਹੜਾ, ਚਲੋ ਸਰਕਾਰ ਦਾ ਪੂਰਾ ਪੱਖ ਸੁਣਾਉਣਾ ਚਾਹੀਦਾ। ਅੱਛਾ, ਇਹਨਾਂ ਨੇ ਜਿਹੜਾ ਪੱਖ ਦਿੱਤਾ ਆਪਣਾ ਰਾਜ ਸਭਾ 'ਚ ਮੇਰੇ ਖਿਆਲ ਦੇ ਨਾਲ ਜਵਾਬ ਦਿੱਤਾ ਇਹਨਾਂ ਨੇ, ਤਾਂ ਉਹਦੇ 'ਚ ਇਹਨਾਂ ਨੇ ਆਖਿਆ ਵਾ ਕਿ ਗੱਲ ਇਹ ਆ ਕਿ ਸਾਨੂੰ ਜਿਹੜੀਆਂ ਸਟੇਟਾਂ ਨੇ ਜਾਨੀ ਰਾਜ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੇ ਕੋਈ ਅੰਕੜਾ ਨਹੀਂ ਦਿੱਤਾ, ਕਿਉਂਕਿ ਸਿਹਤ ਜਿਹੜਾ ਸਟੇਟ ਸਬਜੈਕਟ ਆ ਤੇ ਸਾਡੇ ਅੰਕੜੇ ਦੇ ਮੁਤਾਬਕ ਤੇ ਜ਼ੀਰੋ ਮੌਤ ਹੋਈ, ਮਤਲਬ ਕਿ ਮੌਤ ਕੋਈ ਹੈ ਹੀ ਨਹੀਂ। ਇਹ ਹੁਣ ਕਮਾਲ ਦੀ ਗੱਲ ਹੈ, ਹੁਣ ਕੀ ਕਹੀਏ ਤੇ ਦੱਸੋ ਕਿ ਦੇਖੋ ਸਿਹਤ ਤਾਂ ਠੀਕ ਆ, ਚੰਗੀ ਗੱਲ ਆ ਕਿ ਸਿਹਤ ਆ ਜਿਹੜਾ ਉਹ ਤੁਸੀਂ ਮੰਨਦੇ ਹੋ ਕਿ ਸੂਬਿਆਂ ਦਾ ਵਿਸ਼ਾ, ਤੇ ਸੂਬਿਆਂ ਦਾ ਵਿਸ਼ਾ ਤਾਂ ਖੇਤੀ ਵੀ ਆ, ਫਿਰ ਸੂਬੇ ਦਾ ਜੇ ਆਪਾਂ ਵਿਸ਼ਾ ਦੇਖੀਏ ਖੇਤੀ ਵੀ ਆ, ਉੱਥੇ ਕਿਵੇਂ ਭੱਜ ਕੇ ਆਰਡੀਨੈਂਸ ਲੈ ਆਉਂਦੇ ਤੁਸੀਂ? ਆਹ ਬਿਜਲੀ ਕਾਨੂੰਨ ਬਿੱਲ ਹੁਣ ਤੁਸੀਂ ਲਿਆਉਣ ਤੇ ਆਮਾਦਾ ਹੋ ਗਏ ਹੋ, ਉਤਾਰੂ ਹੋ ਗਏ ਹੋ ਕਿ ਅਸੀਂ ਛੱਡਣਾ ਇੰਡੀ, ਚਾਹੇ ਕੁਛ ਵੀ ਹੋ ਜਾਏ ਅਸੀਂ ਲੈ ਕੇ ਹੀ ਆਉਣਾ, ਚਾਹੇ ਇੱਧਰ ਦਾ ਉੱਧਰ ਹੋ ਜਾਵੇ ਪਾਸਾ, ਤੇ ਉਹ ਵੀ ਤਾਂ ਹੁਣ ਸਟੇਟ ਦਾ ਹੀ ਆ। ਸਟੇਟ ਨੂੰ ਜਦੋਂ ਤੁਸੀਂ ਇੱਥੋਂ ਤੱਕ ਲਿਜਾ ਸਕਦੇ ਹੋ ਤੇ ਫਿਰ ਘੱਟੋ ਘੱਟ ਇਹ ਵੀ ਤੇ ਮਾੜਾ ਮੋਟਾ ਰੱਖੋ ਨਾ ਕਿ ਜੇ ਸਟੇਟਾਂ ਕਿਤੇ ਨਾ ਕਿਤੇ ਕੁਤਾਹੀ ਕਰ ਰਹੀਆਂ ਸੀ। ਦੇਖੋ ਇਹ ਤੇ ਸੱਚ ਆ, ਇਹ ਤੁਹਾਨੂੰ ਮੰਨਣਾ ਪਏਗਾ ਕਿ ਸਰਕਾਰਾਂ ਕਈ ਵਾਰ ਅੰਕੜੇ ਲੁਕਾਉਂਦੀਆਂ ਨੇ, ਜਿਵੇਂ ਹੁਣ ਅੱਜ ਵਾਸ਼ਿੰਗਟਨ ਦੀ ਮੇਰੇ ਖਿਆਲ ਦੇ ਨਾਲ ਇੱਕ ਕੋਈ ਸਟੱਡੀ ਹੈ ਜਿਹਦੀ ਬੜੀ ਚਰਚਾ ਹੋ ਰਹੀ ਹੈ ਅਖਬਾਰਾਂ ਦੇ ਵਿੱਚ ਕਿ ਕਿਵੇਂ ਇੰਡੀਆ ਦੇ ਵਿੱਚ ਅੰਕੜੇ ਜਿਹੜੇ ਆ ਉਹ ਘਟਾਏ ਗਏ
ਤੇ ਜੋ ਮਤਲਬ ਕਿ ਪਸਾਰ ਦਰ ਸੀਗੀ ਮੌਤ ਦਰ ਸੀ ਉਹਦੇ ਆਧਾਰ ਤੇ ਉਹਨਾਂ ਨੇ ਸਿੱਟਾ ਕੱਢਿਆ ਕਿ ਮੌਤਾਂ ਜਿਹੜੀਆਂ ਇੰਡੀਆ 'ਚ ਉਹ 40 ਤੋਂ 45 ਲੱਖ ਹੋਈਆਂ ਹੋ ਸਕਦੀਆਂ ਨੇ ਤਾਂ ਜਿਵੇਂ ਇੰਡੀਆ ਤੇ ਲੱਗ ਰਹੇ ਦੋਸ਼ ਆਪਾਂ ਗੌਰਮੈਂਟਾਂ ਜਿਹੜੀਆਂ ਸਟੇਟਾਂ ਦੀਆਂ ਉਹਨਾਂ ਨੂੰ ਵੀ ਕਹਿ ਸਕਦੇ ਹਾਂ ਕਿ ਉਹਨਾਂ ਨੇ ਵੀ ਅੰਕੜੇ ਲੁਕਾਏ ਹੋ ਸਕਦੇ ਆ ਕਿਉਂਕਿ ਸਭ ਨੂੰ ਚੰਮ ਪਿਆਰਾ ਹੁੰਦਾ ਇਹ ਤੇ ਸੱਚ ਆ ਨਾ ਪਰੰਤੂ ਗੱਲ ਇਹ ਆ ਕਿ ਜੇ ਉੱਥੇ ਕੋਈ ਕੁਟਾਈ ਕੀਤੀ ਜਾ ਰਹੀ ਸੀ ਤਾਂ ਤੁਸੀਂ ਉਤਲੀ ਤਾਕਤ ਹੋ ਤੁਸੀਂ ਦੇਖਣਾ ਸੀਗਾ ਪਰ ਕੁਛ ਨਹੀਂ ਹੋ ਸਕਦਾ ਇੱਥੇ ਕੱਖ ਨਹੀਂ ਵਰਤਿਆ ਜਾ ਸਕਦਾ ਇਹੋ ਸਰਕਾਰ ਆ ਮੈਂ ਤੁਹਾਨੂੰ ਤਰੀਕ ਦੇ ਤਹਿਤ ਦੱਸ ਦਿੰਦਾ ਐ ਤਰੀਕ ਦੇ ਸਮੇਤ ਦੱਸ ਦਿੰਦਾ ਕਿ ਸਤੰਬਰ 16, 2020 ਨੂੰ ਇਹਨਾਂ ਨੇ ਜਿਹੜੇ ਹੈਗੇ ਸਿਹਤ ਮੰਤਰੀ ਸਦਨ ਨੂੰ ਦੱਸਿਆ ਸੀ ਨੋ ਡਾਟਾ ਆਫ ਡੈਡ ਹੈਲਥ ਕੇਅਰ ਸਟਾਫ ਮਤਲਬ ਕਿ ਸਾਡੇ ਕੋਲ ਹੈਲਥ ਕੇਅਰ ਸਟਾਫ ਦੇ ਕਿੰਨੇ ਬੰਦੇ ਮਰੇ ਆ ਕੋਈ ਡਾਟਾ ਨਹੀਂ ਇਹ ਜਿਹੜੀ ਸ਼ਰੀਫਾ ਦੀ ਗੌਰਮੈਂਟ ਆ ਫਿਰ ਅਗਾਂਹ ਜਾ ਕੇ ਸਤੰਬਰ 15 ਚ ਜੇ ਆਪਾਂ ਦੇਖੀਏ ਮਤਲਬ ਕਿ ਪਹਿਲਾਂ ਹੀ ਕਹਿ ਚੁੱਕੀ ਸੀਗੀ ਕਿ ਨੋ ਡਾਟਾ ਔਨ ਮਾਈਗਰੈਂਟ ਡੈਥ ਸੋ ਨੋ ਕੰਪਨਸੇਸ਼ਨ ਗੌਰਮੈਂਟ ਟੂ ਪਾਰਲੀਮੈਂਟ ਮਤਲਬ ਕਿ ਪਾਰਲੀਮੈਂਟ ਦੇ ਵਿੱਚ ਗੌਰਮੈਂਟ ਕਹਿ ਰਹੀ ਆ ਕਿ ਜਿਹੜੇ ਮਾਈਗਰੈਂਟ ਆ ਉਹ ਕਿੰਨੇ ਮਰੇ ਆ ਸਾਡੇ ਕੋਲ ਕੋਈ ਡਾਟਾ ਨਹੀਂ ਹੁੰਦਾ ਮਾਫ਼ ਕਰਨਾ ਫਿਰ ਇਹਨਾਂ ਨੇ ਕੀ ਕਿਹਾ ਲੇਬਰ ਮਿਨਿਸਟਰੀ ਨੇ ਕੀ ਕਿਹਾ ਜੋ ਲੋਕ ਸਭਾ ਦੇ ਵਿੱਚ ਦ ਗਵਰਨਮੈਂਟ ਹੈਜ਼ ਨੋ ਡਾਟਾ ਅਬਾਊਟ ਡੈਥਸ ਐਂਡ ਜੋਬ ਲਾਸ ਆਫ ਮਾਈਗਰੈਂਟ ਲੇਬਰਰਸ ਡਿਊਰਿੰਗ ਦ ਨੈਸ਼ਨਲ ਲਾਕਡਾਊਨ ਇੰਪੋਜ਼ ਡਿਊ ਟੂ ਦ ਕੋਵਿਡ-19 ਡਾਟਾ ਹੈ ਹੀ ਨਹੀਂ ਹੈ ਕੋਈ ਡਾਟਾ ਨਹੀਂ ਇੱਥੇ ਵੀ ਹੈ ਨਹੀਂ ਫਿਰ ਅਗਾਂਹ ਜਾ ਕੇ ਜੇ ਦੇਖੋਗੇ ਤੁਸੀਂ ਆ ਜਿਹੜੀਆਂ ਹੁੰਦੀਆਂ ਮਤਲਬ ਕਿ ਛੋਟੀਆਂ ਇਕਾਈਆਂ ਹੁੰਦੀਆਂ ਉਦਯੋਗ ਇਕਾਈਆਂ ਹੁੰਦੀਆਂ ਨੇ ਇਹਨਾਂ ਨੇ ਕਿਹਾ ਕਿ MSME ਮਿਨਿਸਟਰੀ ਜਿਹੜੀ ਹੈ ਉਹ ਰਾਜ ਸਭਾ 'ਚ ਬੋਲ ਰਹੀ ਹੈ ਕਹਿੰਦੇ ਡੋਂਟ ਹੈਵ ਡਾਟਾ ਔਨ ਕਲੋਜ਼ਰ ਆਫ MSMEs ਡਿਊ ਟੂ ਕੋਵਿਡ-19 ਕਿੰਨੇ ਉਦਯੋਗ ਛੋਟੇ ਕਿੰਨੀਆਂ ਇਕਾਈਆਂ ਬੰਦ ਹੋ ਗਈਆਂ ਉਹ ਵੀ ਡਾਟਾ ਹੈ ਨਹੀਂ ਸਾਡੇ ਕੋਲ ਬੇਰੁਜ਼ਗਾਰੀ ਪੁੱਛ ਲਓ ਕਹਿੰਦੇ ਡਾਟਾ ਹੀ ਹੈ ਨਹੀਂ ਕਿਸਾਨ ਖੁਦਕੁਸ਼ੀਆਂ ਦਾ ਪੁੱਛ ਲਓ ਡਾਟਾ ਹੀ ਹੈ ਨਹੀਂ ਗਾ ਨਾ ਕੋਈ ਡਾਟਾ ਨਹੀਂ ਹੈਗਾ ਬਸ ਡਾਟਾ ਇਹਨਾਂ ਦੇ ਕੋਲ ਆ ਹੈਗਾ ਕਿ ਕਿਹਦੇ ਸੋਫਟਵੇਅਰ ਦੇ ਵਿੱਚ ਕਿਹਦੇ ਫੋਨ ਦੇ ਵਿੱਚ ਕੀ ਮਾਰਨਾ ਆ ਇਹ ਡਾਟਾ ਹੈਗਾ ਇਹਨਾਂ ਦੇ ਕੋਲ ਇਹ ਡਾਟਾ ਹੈਗਾ ਕਿ ਆਬਾਦੀ ਘਟਾਉਣੀ ਹੈ ਜੀ ਆਹ ਡਾਟਾ ਹੈਗਾ ਆਹ ਡਾਟਾ ਹੈਗਾ ਆ ਕਿ ਫਲਾਣਾ ਬੰਦਾ ਜਿਹੜਾ ਉਹ ਦੇਸ਼ ਵਿਰੋਧੀ ਹੈ ਉਹਦੇ ਤੇ ਚੱਕ ਕੇ ਲਾ ਦਿਓ NSA ਉਹਦੇ ਤੇ ਚੱਕ ਕੇ ਲਾ ਦਿਓ UAPA ਉਹਦੇ ਤੇ ਲਾ ਦਿਓ ਦੇਸ਼ ਤੋਂ ਜੇ ਕੋਈ ਇਹ ਕਹਿੰਦਾ ਕਿ ਕਰੋ ਹੁਣ ਗੋਬਰ ਦੇ ਨਾਲ ਇਲਾਜ ਤੁਹਾਡਾ ਬੰਦਾ ਮਰ ਗਿਆ ਕੋਵਿਡ ਕਰਕੇ ਤੇ ਕਹਿੰਦੇ ਲਾ ਦਿਓ ਇਹਦੇ ਤੇ ਨੈਸ਼ਨਲ ਸਿਕਿਉਰਿਟੀ ਐਕਟ ਉਹ ਡਾਟਾ ਹੈਗਾ ਸਾਰਾ ਕੁਛ ਕਿਆ ਬੰਦਾ ਸਾਡੇ ਉਲਟ ਬੋਲ ਰਿਹਾ ਆਹ ਬੰਦਾ ਸਾਡੇ ਉਲਟ ਚੱਲ ਰਿਹਾ ਆਹ ਬੰਦਾ ਐਂ ਕਰ ਰਿਹਾ ਬੰਦਾ ਉਹ ਸਾਰਾ ਡਾਟਾ ਹੈਗਾ ਬਸ ਆਹ ਜਿਹੜੀਆਂ ਚੀਜ਼ਾਂ ਦਾ ਡਾਟਾ ਹੈ ਉਹ ਇਹ ਸਰਕਾਰ ਦਾ ਹਾਲ ਆ ਵੈਸੇ ਮੈਂ ਕਹੂੰਗਾ ਕਿ ਬਹੁਤ ਹੀ ਸੰਵੇਦਨਹੀਨ ਗੱਲ ਆ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਹਾਂ ਡਾਟਾ ਕਲੈਕਟ ਕਰ ਲੈਂਦੇ ਹਾਂ ਜ਼ਰੂਰੀ ਅਸੀਂ ਦੱਸਾਂਗੇ ਕਿ ਹਾਂ ਭਾਈ ਲਾਜ਼ਮ ਤੌਰ ਤੇ ਸਾਡਾ ਦੱਸਣਾ ਫਰਜ਼ ਬਣਦਾ ਅਸੀਂ ਸਟੇਟਾਂ ਨੂੰ ਖਿੱਚਾਂਗੇ ਜੇ ਸਟੇਟਾਂ ਤੁਹਾਨੂੰ ਅੰਕੜੇ ਨਹੀਂ ਸੀ ਦੇ ਰਹੀਆਂ ਤੁਸੀਂ ਕਿੰਨੇ ਕੋ ਲੈਟਰ ਲਿਖੇ ਉਹਨਾਂ ਨੂੰ ਉਹ ਲੈਟਰ ਵੀ ਮਾੜੇ ਜੇ ਪਬਲਿਸ਼ ਕਰ ਦਿਓ ਨਾ ਜੀ ਜੀ ਬਿਲਕੁਲ ਬਿਲਕੁਲ ਤੇ ਮਿੰਟੂ ਜੀ ਪੰਜਾਬ ਅੰਦਰ ਇੱਕ ਹੋਰ ਜ਼ਮੀਨ ਗ੍ਰਹਿਣ ਜਿਹੜੀ ਗੜਬੜ ਨਿਕਲੀ ਆ ਹਾਂਜੀ ਦੇਖੋ ਇਸ ਮਾਮਲੇ ਦੇ ਵਿੱਚ ਕੀ ਹੈ ਕਿ ਇੱਕ ਹਾਈਵੇ ਤੇ ਆਪਣਾ ਜਿੱਥੇ ਦੀ ਵੀ ਨਿਕਲਦਾ ਹੈ ਨਾ ਪੰਜਾਬ ਚੋਂ ਗੜਬੜ ਝਾਲਾਂ ਤੇ ਆਪਾਂ ਨੂੰ ਪਤਾ ਹੀ ਹੈ ਕਿ ਕੋਈ ਨਾ ਕੋਈ ਸਾਹਮਣੇ ਆ ਜਾਂਦਾ ਇਹ ਹੈਗਾ ਬਠਿੰਡਾ ਢਾਬਾਲੀ ਵਾਲਾ ਜਿਹੜਾ ਨੈਸ਼ਨਲ ਹਾਈਵੇ 54A ਕਹਿੰਦੇ ਆ ਮੇਰੇ ਖਿਆਲ ਦੇ ਨਾਲ ਇਹਨੂੰ ਇਹ ਸੜਕ ਜਾਂਦੀ ਆ ਬਠਿੰਡੇ ਤੋਂ ਨਾ ਢਾਬਾਲੀ ਨੂੰ ਟੇਢੀ ਜੀ ਨਿਕਲ ਜਾਂਦੀ ਆ ਉਹਦੇ ਵਿੱਚੋਂ ਨਾਲੋਂ ਹੀ ਬਾਦਲ ਵਾਲੀ ਸੜਕ ਵੀ ਨਿਕਲਦੀ ਆ ਤੇ ਇਹ ਸੜਕ ਸਿੱਧੀ ਚੱਲ ਜਾਂਦੀ ਆ ਢਾਬਾਲੀ ਮੰਡੀ ਨੂੰ ਤੇ ਉੱਥੋਂ ਗਾਂਹ ਇੱਕ ਦਿੱਲੀ ਨੂੰ ਵੀ ਹੋ ਜਾਂਦਾ ਹਾਈਵੇ ਫਿਰ ਇੱਕ ਜਿਹੜਾ ਉੱਪਰ ਰਾਜਸਥਾਨ ਨੂੰ ਮਰ ਜਾਂਦਾ ਇੱਕ ਇੱਧਰ ਨੂੰ ਸਾਡੇ ਪਿੰਡਾਂ ਨੂੰ ਆ ਜਾਂਦਾ ਇਸ ਤਰ੍ਹਾਂ ਮਤਲਬ ਕਿ ਉਹ ਇੱਕ ਚੌਂਕ ਜਿਹਾ ਬਣਦਾ ਢਾਬਾਲੀ ਮੰਡੀ ਦੇ ਵਿੱਚ ਜਿੱਥੋਂ ਕਈ ਸਟੇਟਾਂ ਨੂੰ ਚਲੇ ਜਾਂਦੇ ਆ ਹਾਈਵੇ ਤਾਂ ਖੈਰ ਉਹ ਹਾਈਵੇ ਨਿਕਲਿਆ ਜਿਹੜਾ ਤਾਂ ਇਸ ਦਰਮਿਆਨ ਇੱਕ ਪਿੰਡ ਆ ਗਹਿਰੀ ਬੁੱਟਰ ਗਹਿਰੀ ਬੁੱਟਰ ਦੇ ਕਿਸਾਨਾਂ ਨੇ ਜੋ ਦੋਸ਼ ਲਾਇਆ ਉਹ ਕਹਿੰਦੇ ਕਿ ਇਸੇ ਹੀ ਸਰਕਾਰ ਦਾ ਮੰਤਰੀ ਹੈ ਇੱਕ ਹੁਣ ਬਠਿੰਡੇ ਜ਼ਿਲ੍ਹੇ ਦਾ ਸਰਕਾਰ ਦਾ ਮੰਤਰੀ ਕੌਣ ਆ ਉਹੀ ਜਿਹੜਾ ਅੱਜ ਕੱਲ੍ਹ ਦੱਸਦੇ ਆ ਕਿ ਰਸੋਈ 'ਚ ਬੈਠਾ ਪੁਰਜੀ ਬਣਾਈ ਜਾਂਦਾ ਕੁਛ ਬਣਦਾ ਤੇ ਜਿਹਦਾ ਨਹੀਂ ਹੈ ਤਾਂ ਉਹੀ ਜਿਹਦੇ ਕੋਲ ਇੱਕੋ ਹੀ ਸਟੈਂਡ ਆ ਇੱਕੋ ਸਟੈਂਡ ਤੇ ਖੜਾ ਅੱਜ ਤੱਕ ਇੱਕੋ ਹੀ ਰਾਜਨੇਤਾ ਬੰਦਾ ਹੈ ਜਿਹੜਾ ਕਦੇ ਸਟੈਂਡ ਨਹੀਂ ਬਦਲਦਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਉਹਦਾ ਸਟੈਂਡ ਕਦੇ ਨਹੀਂ ਬਦਲੇਗਾ
ਸੋ ਉਹਦਾ ਕੋਈ ਖਾਸਮ ਖਾਸ ਹੋਊਗਾ ਉੱਥੇ ਗਾ, ਤੇ ਉਹਨਾਂ ਦੇ ਜਿਹੜੇ ਬੰਦੇ ਆ ਉਹਨਾਂ ਤੇ ਦੋਸ਼ ਲੱਗਾ ਵਾ ਕਿ ਜਿੱਦਾਂ ਆਪਾਂ ਵਾਰ ਵਾਰ ਜਦੋਂ ਵੀ ਹਾਈਵੇ ਘੁਟਾਲਿਆਂ ਦੀ ਗੱਲ ਚਲਾਉਂਦੇ ਆ ਤੇ ਆਪਾਂ ਕਹਿੰਦੇ ਆ ਕਿ ਜਿਹੜੀ ਯੂਜ਼ਿੰਗ ਆਫ ਲੈਂਡ ਹੁੰਦੀ ਹੈ, ਲੈਂਡ ਦੀ ਯੂਜ਼ਿੰਗ ਹੁੰਦੀ ਹੈ ਜਿਹੜੀ, ਉਹ ਦੋ ਤਰ੍ਹਾਂ ਦੀ, ਇੱਕ ਕਮਰਸ਼ੀਅਲ ਇੱਕ ਐਗਰੀਕਲਚਰ। ਤਾਂ ਇਹ ਦੋਸ਼ ਲਾਇਆ ਕਿ ਆਪਣੀਆਂ ਜ਼ਮੀਨਾਂ ਨੂੰ ਤਾਂ ਇਹਨਾਂ ਨੇ ਕਮਰਸ਼ੀਅਲ ਦਿਖਾ ਦਿੱਤਾ ਖੇਤੀ ਵਾਲਿਆਂ ਨੂੰ, ਤੇ ਜਿਹੜੇ ਕਿਸਾਨਾਂ ਦੀ ਵਾਕਈ ਜਿਹੜੀ ਯੂਜ਼ਿੰਗ ਸੀਗੀ ਉਹ ਕਮਰਸ਼ੀਅਲ ਦੇ ਤੌਰ ਤੇ, ਤਾਂ ਉਹ ਕਮਰਸ਼ੀਅਲ ਤੋਂ ਇਹਨਾਂ ਨੇ ਖੇਤੀਬਾੜੀ ਚ ਕਰ ਦਿੱਤੀ। ਮਤਲਬ ਕਿ ਆਪ ਰਿਓੜੀਆਂ ਵੱਟ ਲਈਆਂ ਤੇ ਦੂਜਿਆਂ ਨੂੰ ਰੇਤ ਦੇ ਲੱਡੂ ਵਟਾ ਦਿੱਤੇ। ਆ ਦੋਸ਼ ਲੱਗ ਰਹੇ ਨੇ। ਮਾਮਲਾ ਜਿਹੜਾ ਮੇਰੇ ਖਿਆਲ ਦੇ ਨਾਲ ਉਹ ਗਡਕਰੀ ਦੇ ਧਿਆਨ ਚ ਲੈ ਗਏ ਭਾਰਤੀ ਜਨਤਾ ਪਾਰਟੀ ਦੇ ਕੁਛ ਲੀਡਰ ਹੀ, ਕਿਉਂਕਿ ਨੈਸ਼ਨਲ ਹਾਈਵੇ ਅਥਾਰਟੀ ਚ ਆਉਂਦਾ ਮਾਮਲਾ, ਤੇ ਉਹ ਮਾਮਲਾ ਲੈ ਗਿਆ। ਹੋ ਸਕਦਾ ਕਿ ਜਿਵੇਂ ਆਪਾਂ ਅੱਗੇ ਹੁਸ਼ਿਆਰਪੁਰ ਵਾਲੇ ਚੱਕਰ ਚ ਦੇਖਿਆ ਸੀਗਾ ਨਾ ਕਿ ਕਿਵੇਂ ਕਲੋਨੀ ਨਿਕਲੀ ਸੀ, ਕਿਵੇਂ ਕਈ 100 ਕਰੋੜ ਦਾ ਘਪਲਾ ਨਿਕਲਿਆ ਸੀ। ਹੋ ਸਕਦਾ ਕਿ ਛੋਟਾ ਜਾਂ ਮੋਟਾ ਘਪਲਾ ਇੱਥੇ ਵੀ ਵੇਖਣ ਨੂੰ ਮਿਲੇ। ਜੀ ਛੋਟਾ ਤਾਂ ਐਵੇਂ ਕਹਿ ਦੇਈਦਾ, ਮੋਟਾ ਹੀ ਨਿਕਲਦਾ ਹੁੰਦਾ ਹਮੇਸ਼ਾ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਤੇ ਮਿਲਦੇ ਹਾਂ ਜੀ ਕੱਲ੍ਹ ਨੂੰ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।